ਦੁੱਧ ਅਤੇ ਪਾਣੀ ਨਾਲੋਂ ਵੱਧ ਵਿਕਦੀ ਹੈ ਇਸ ਸ਼ਹਿਰ ਦੇ ਵਿੱਚ ਸ਼ਰਾਬ। ਇੱਕ ਮਹੀਨੇ ਚ ਪੀ ਗਏ 300 ਕਰੋੜ ਦੀ ਸ਼ਰਾਬ। ਇਸ ਸ਼ਹਿਰ ਦੇ ਲੋਕਾਂ ਨੇ ਬਣਾਇਆ ਨਵਾਂ ਰਿਕਾਰਡ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਵਿੱਚ ਦੁੱਧ ਅਤੇ ਪਾਣੀ ਦੇ ਨਾਲੋਂ ਜ਼ਿਆਦਾ ਸ਼ਰਾਬ ਵਿਕਦੀ ਹੈ। ਸਾਈਬਰ ਸਿਟੀ ਗੁਰੂਗ੍ਰਾਮ ਦੀ ਗਗਨ ਚੁੰਬੀ ਇਮਾਰਤਾਂ ਦੇ ਇਸ ਸ਼ਹਿਰ ਦੀ ਇਹ ਸੱਚਾਈ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਆਬਕਾਰੀ ਵਿਭਾਗ ਦੇ ਅੰਕੜੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ 6 ਮਹੀਨੇ ਦੇ ਵਿੱਚ ਇਕੱਲੇ ਗੁਰੂਗ੍ਰਾਮ 'ਚ 1842 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਹੈ। ਸਾਈਬਰ ਸਿਟੀ ਗੁਰੂਗ੍ਰਾਮ ਨੂੰ ਹਰਿਆਣਾ ਦੇ ਉਦਯੋਗਿਕ ਰਾਜਧਾਨੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਅਤੇ ਇੱਥੋਂ ਦੀ ਗਗਨ ਚੁੰਬੀ ਇਮਾਰਤਾਂ ਅਤੇ ਫਰਾਟੇ ਭਰਦੀਆਂ ਸੜਕਾਂ ਇਸ ਸ਼ਹਿਰ ਦੀ ਪਹਿਚਾਣ ਨੇ। ਪਰੰਤੂ ਗੁਰੂਗ੍ਰਾਮ ਦੀ ਇੱਕ ਸੱਚਾਈ ਹੋਰ ਵੀ ਹੈ। ਗੁਰੂਗ੍ਰਾਮ ਦੇ ਵਿੱਚ ਸ਼ਰਾਬ ਦੀ ਡਿਮਾਂਡ ਤੇਜ਼ੀ ਦੇ ਨਾਲ ਵਧੀ ਹੈ ਅਤੇ ਇੱਕ ਮਹੀਨੇ ਦੇ ਵਿੱਚ 300 ਕਰੋੜ ਤੋਂ ਜ਼ਿਆਦਾ ਦੀ ਸ਼ਰਾਬ ਇੱਥੋਂ ਦੇ ਲੋਕ ਗਟਕ ਕਰ ਗਏ ਨੇ। ਇਹ ਤਸਦੀਕ ਆਬਕਾਰੀ ਵਿਭਾਗ ਦੁਆਰਾ ਜਾਰੀ ਕੀਤੇ ਗਏ ਪਿਛਲੇ 6 ਮਹੀਨੇ ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰਨ ਤੇ ਪਤਾ ਚੱਲਦਾ ਹੈ। ਜੇਕਰ ਗੱਲ ਕਰੀਏ ਗੁਰੂਗ੍ਰਾਮ ਜ਼ਿਲ੍ਹੇ ਦੀ ਤਾਂ ਆਬਕਾਰੀ ਵਿਭਾਗ ਦੇ ਵੱਲੋਂ ਇਸ ਨੂੰ 4 ਜ਼ੋਨਾਂ ਦੇ ਵਿੱਚ ਵੰਡਿਆ ਗਿਆ, ਜਿਸ ਦੇ ਵਿੱਚ ਈਸਟ ਅਤੇ ਵੈਸਟ ਜ਼ੋਨ ਦੇ ਵਿੱਚ ਸ਼ਰਾਬ ਦੀ ਸਭ ਤੋਂ ਵੱਧ ਵਿਕਰੀ ਕੀਤੀ ਜਾਂਦੀ ਹੈ। ਸਾਲ 2022 ਅਤੇ 23 ਦੇ ਵਿਚਕਾਰ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਤਕਰੀਬਨ 20% ਵਾਧੂ ਵਿਕਰੀ ਦੇ ਵਿੱਚ ਇਜ਼ਾਫਾ ਕੀਤਾ ਗਿਆ। ਗੁੜਗਾਵਾਂ ਮੇਂ ਜੋ ਕਲੈਕਸ਼ਨ ਲਾਸਟ ਈਅਰ ਕੀ ਥੀ 6 ਮਹੀਨੇ ਕੀ, ਵੋ ਟੋਟਲ 1518 ਕਰੋੜ ਰੁਪਏ ਥੀ ਗੁੜਗਾਵਾਂ ਈਸਟ ਔਰ ਵੈਸਟ ਕੀ ਮਿਲਾ ਕਰ। ਤੋ ਇਸ ਸਾਲ 1842 ਕਰੋੜ ਰੁਪਏ ਟੋਟਲ ਕਲੈਕਸ਼ਨ ਅਬ ਤੱਕ ਹੋ ਚੁੱਕੀ ਹੈ 6 ਮਹੀਨੋਂ ਮੇਂ। ਤੋ ਤਕਰੀਬਨ ਇਸਮੇਂ 20% ਸੇ ਜ਼ਿਆਦਾ ਕਾ ਇਜ਼ਾਫਾ ਹੁਆ ਹੈ ਲਾਸਟ ਈਅਰ ਸੇ। ਹਾਂ ਡੈਫੀਨੇਟਲੀ, ਜੈਸੇ ਪੂਰਾ ਸਾਲ ਜਬ ਹੋ ਜਾਏਗਾ ਤੋ ਹਮੇ ਉਮੀਦ ਹੈ ਇਸਮੇਂ ਔਰ ਜ਼ਿਆਦਾ ਇਜ਼ਾਫਾ ਹੋਗਾ। ਅਗਲੇ ਸਾਲ ਕੀ ਆਕਸ਼ਨ ਕਾ ਵੀ ਸਮੇਂ ਆ ਜਾਏਗਾ 3 ਮਹੀਨੇ ਕੇ ਬਾਅਦ, ਤੋ ਉਸ ਟਾਈਮ ਵੀ ਹਮਾਰੇ ਪਾਸ ਕਾਫੀ ਰੈਵਨਿਊ ਇਕੱਠਾ ਹੋਗਾ। ਤੋ ਡੈਫੀਨੇਟਲੀ 20% ਸੇ ਉੱਪਰ ਜਾਏਂਗੇ ਹਮ, ਅੱਛਾ ਅਚੀਵ ਕਰੇਂਗੇ। ਦੁੱਧ ਅਤੇ ਪਾਣੀ ਨਾਲੋਂ ਵੱਧ ਵਿਕਦੀ ਹੈ ਇਸ ਸ਼ਹਿਰ ਦੇ ਵਿੱਚ ਸ਼ਰਾਬ। ਇੱਕ ਮਹੀਨੇ 'ਚ ਪੀ ਗਏ 300 ਕਰੋੜ ਦੀ ਸ਼ਰਾਬ। ਇਸ ਸ਼ਹਿਰ ਦੇ ਲੋਕਾਂ ਨੇ ਬਣਾਇਆ ਨਵਾਂ ਰਿਕਾਰਡ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਵਿੱਚ ਦੁੱਧ ਅਤੇ ਪਾਣੀ ਦੇ ਨਾਲੋਂ ਜ਼ਿਆਦਾ ਸ਼ਰਾਬ ਵਿਕਦੀ ਹੈ। ਸਾਈਬਰ ਸਿਟੀ ਗੁਰੂਗ੍ਰਾਮ ਦੀ ਗਗਨ ਚੁੰਬੀ ਇਮਾਰਤਾਂ ਦੇ ਇਸ ਸ਼ਹਿਰ ਦੀ ਇਹ ਸੱਚਾਈ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਆਬਕਾਰੀ ਵਿਭਾਗ ਦੇ ਅੰਕੜੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ 6 ਮਹੀਨੇ ਦੇ ਵਿੱਚ ਇਕੱਲੇ ਗੁਰੂਗ੍ਰਾਮ 'ਚ 1842 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਹੈ। ਸਾਈਬਰ ਸਿਟੀ ਗੁਰੂਗ੍ਰਾਮ ਨੂੰ ਹਰਿਆਣਾ ਦੇ ਉਦਯੋਗਿਕ ਰਾਜਧਾਨੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਅਤੇ ਇੱਥੋਂ ਦੀ ਗਗਨ ਚੁੰਬੀ ਇਮਾਰਤਾਂ ਅਤੇ ਫਰਾਟੇ ਭਰਦੀਆਂ ਸੜਕਾਂ ਇਸ ਸ਼ਹਿਰ ਦੀ ਪਹਿਚਾਣ ਨੇ। ਪਰੰਤੂ ਗੁਰੂਗ੍ਰਾਮ ਦੀ ਇੱਕ ਸੱਚਾਈ ਹੋਰ ਵੀ ਹੈ। ਗੁਰੂਗ੍ਰਾਮ ਦੇ ਵਿੱਚ ਸ਼ਰਾਬ ਦੀ ਡਿਮਾਂਡ ਤੇਜ਼ੀ ਦੇ ਨਾਲ ਵਧੀ ਹੈ ਅਤੇ ਇੱਕ ਮਹੀਨੇ ਦੇ ਵਿੱਚ 300 ਕਰੋੜ ਤੋਂ ਜ਼ਿਆਦਾ ਦੀ ਸ਼ਰਾਬ ਇੱਥੋਂ ਦੇ ਲੋਕ ਗਟਕ ਕਰ ਗਏ ਨੇ। ਇਹ ਤਸਦੀਕ ਆਬਕਾਰੀ ਵਿਭਾਗ ਦੁਆਰਾ ਜਾਰੀ ਕੀਤੇ ਗਏ ਪਿਛਲੇ 6 ਮਹੀਨੇ ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰਨ ਤੇ ਪਤਾ ਚੱਲਦਾ ਹੈ। ਜੇਕਰ ਗੱਲ ਕਰੀਏ ਗੁਰੂਗ੍ਰਾਮ ਜ਼ਿਲ੍ਹੇ ਦੀ ਤਾਂ ਆਬਕਾਰੀ ਵਿਭਾਗ ਦੇ ਵੱਲੋਂ ਇਸ ਨੂੰ 4 ਜ਼ੋਨਾਂ ਦੇ ਵਿੱਚ ਵੰਡਿਆ ਗਿਆ, ਜਿਸ ਦੇ ਵਿੱਚ ਈਸਟ ਅਤੇ ਵੈਸਟ ਜ਼ੋਨ ਦੇ ਵਿੱਚ ਸ਼ਰਾਬ ਦੀ ਸਭ ਤੋਂ ਵੱਧ ਵਿਕਰੀ ਕੀਤੀ ਜਾਂਦੀ ਹੈ। ਸਾਲ 2022 ਅਤੇ 23 ਦੇ ਵਿਚਕਾਰ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਤਕਰੀਬਨ 20% ਵਾਧੂ ਵਿਕਰੀ ਦੇ ਵਿੱਚ ਇਜ਼ਾਫਾ ਕੀਤਾ ਗਿਆ। ਗੁੜਗਾਵਾਂ ਮੇਂ ਜੋ ਕਲੈਕਸ਼ਨ ਲਾਸਟ ਈਅਰ ਕੀ ਥੀ 6 ਮਹੀਨੇ ਕੀ, ਵੋ ਟੋਟਲ 1518 ਕਰੋੜ ਰੁਪਏ ਥੀ ਗੁੜਗਾਵਾਂ ਈਸਟ ਔਰ ਵੈਸਟ ਕੀ ਮਿਲਾ ਕਰ।
तो इस साल 1842 करोड़ रुपए टोटल कलेक्शन अब तक हो चुकी है 6 महीनों में। तो तकरीबन इसमें 20% से ज़्यादा का इजाफा हुआ है लास्ट ईयर से। हाँ डेफिनेटली, जैसे पूरा साल जब हो जाएगा तो हमें उम्मीद है इसमें और ज़्यादा इजाफा होगा। अगले साल की ऑक्शन का भी समय आ जाएगा 3 महीने के बाद, तो उस टाइम भी हमारे पास काफ़ी रेवेन्यू इकट्ठा होगा। तो डेफिनेटली 20% से ऊपर जाएंगे हम, अच्छा अचीव करेंगे।